ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਚਾਹੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ, ਪਰ ਉਹਨਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ ਅੱਜ ਵੀ ਲੋਕ ਸਲਾਮ ਕਰਦੇ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦਿਹਾਤੀ ਦੇ ਅਧੀਨ ਪੈਂਦੇ ਪਿੰਡ ਤਰਸਿੱਕਾ ਦੇ ਨੌਜਵਾਨ ਦੀ, ਜੋ ਕਿ ਏਜੰਟ ਧੱਕੇ ਚੜ ਗਿਆ ਸੀ ਤੇ ਉਸ ਕਥਿਤ ਏਜੰਟ ਵੱਲੋਂ ਰੋਮਾਨੀਆ ਭੇਜਣ ਦੀ ਬਜਾਏ ਅਰਮੀਨੀਆ ਭੇਜ ਦਿੱਤਾ ਗਿਆ ਸੀ। ਅਰਮੀਨੀਆ ਚ ਹੋਏ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਜਤਿੰਦਰ ਸਿੰਘ ਵੱਲੋਂ ਉਸ ਮੌਕੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਕੇ ਮਦਦ ਮੰਗੀ ਗਈ ਸੀ, ਜਿਸ ਤੋਂ ਬਾਅਦ ਸੁਸ਼ਮਾ ਸਵਰਾਜ ਵੱਲੋਂ ਤੁਰੰਤ ਐਕਸ਼ਨ ਲੈਂਦੇ ਇਸ ਨੌਜਵਾਨ ਨੂੰ ਨਾ ਸਿਰਫ ਉੱਥੋਂ ਕਢਵਾਇਆ ਗਿਆ ਸਗੋਂ ਸਰਕਾਰ ਵੱਲੋਂ ਫਲਾਈਟ ਟਿਕਟ ਵੀ ਮੁਹੱਈਆ ਕਰਵਾਈ ਗਈ ਸੀ। ਉੱਥੇ ਜਾ ਕੇ ਜਦੋਂ ਸਾਰਾ ਕੁਝ ਕਹਿੰਦੇ ਸਾਨੂੰ ਕਹਿੰਦੇ ਚਲੋ ਕੋਈ ਨਹੀਂ, ਜਦੋਂ ਸਾਨੂੰ ਪਤਾ ਲੱਗ ਗਿਆ ਉੱਥੇ ਕੰਮ ਨਹੀਂ ਹੈਗਾ ਅਤੇ ਉਹ ਸਾਨੂੰ ਡਰਾਉਣ ਡੈ ਪਏ, ਧਮਕਾਉਣ ਡੈ ਪਏ, ਤੁਸੀਂ ਇੱਦਾਂ ਵਾ ਤੁਹਾਨੂੰ ਮਾਰ ਦਾਂਗੇ ਉਹ ਜੇ, ਸਾਨੂੰ ਕਮਰੇ 'ਚ ਬੰਦ ਰੱਖਣਾ। ਜਦੋਂ ਹਾਈ ਕੁਝ ਨਹੀਂ ਸਰ, ਅਸੀਂ ਨਾ ਜਦੋਂ ਦੇਖਿਆ ਉੱਥੇ ਕੁਝ ਨਹੀਂ ਬਣਦਾ, ਆਪਣੇ ਬ੍ਰਦਰ ਨਾਲ ਗੱਲ ਕੀਤੀ ਅਤੇ ਬ੍ਰਦਰ ਉਹਨਾਂ ਨੇ ਭਗਵੰਤ ਮਾਨ ਉਹਨਾਂ ਨਾਲ ਗੱਲ ਕੀਤੀ ਭਗਵੰਤ ਮਾਨ ਜੀ ਨਾਲ, ਅਤੇ ਸਾਰੀ ਗੱਲਬਾਤ ਹੋਈ, ਉਹਨਾਂ ਨੂੰ ਵੀਡੀਓ ਸੈਂਡ ਕੀਤੀ, ਸੁਸ਼ਮਾ ਸਾਨੂੰ ਬਹੁਤ ਹੈਲਪ ਕੀਤੀ ਅਤੇ ਉਹਨਾਂ ਨੇ ਸਾਰੀ ਗੱਲਬਾਤ ਸਾਡੇ ਨਾਲ ਹੋਈ ਅਤੇ ਉਹਨਾਂ ਨੇ ਕਿਹਾ ਚਲੋ ਕੋਈ ਗੱਲ ਨਹੀਂ ਤੁਹਾਡੀ ਪੂਰੀ ਹੈਲਪ ਕਰਾਂਗੇ, ਅਤੇ ਉਹਨੂੰ ਇੱਦਾਂ ਡਰਾਉਂਦੇ ਸੀ ਤੁਸੀਂ ਕੁਝ ਨਹੀਂ ਕਰ ਸਕਦੇ, ਤੁਸੀਂ ਜੋ ਮਰਜ਼ੀ ਜ਼ੋਰ ਲਾ ਲਓ। ਸੁਸ਼ਮਾ ਸਵਰਾਜ ਨੇ ਕੀ ਕੀਤਾ? ਉਹਨਾਂ ਨੇ ਸਾਡੀ ਹੈਲਪ ਕੀਤੀ, ਸਾਨੂੰ ਵਾਪਸ ਬੁਲਾਇਆ, ਉਹਨਾਂ ਨੇ ਸਾਰੀ ਉੱਧਰ ਹੈੱਡ ਆਫਿਸ ਦੇ ਨਾਲ ਗੱਲ ਕੀਤੀ, ਸਾਨੂੰ ਉੱਧਰੋਂ ਸਾਨੂੰ ਟਿਕਟ ਲੈ ਕੇ ਦਿੱਤੀ, ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਹੈਲਪ ਕੀਤੀ। ਅਜੇ ਪਰਿਵਾਰ ਸੁਸ਼ਮਾ ਸਵਰਾਜ ਦੀ ਮੌਤ ਤੇ ਦੁਖੀ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵਾਸਤੇ ਸੁਸ਼ਮਾ ਸਵਰਾਜ ਰੱਬ ਸੀ। ਬਿਆਸ ਤੋਂ ਗੁਰਦਰਸ਼ਨ ਸਿੰਘ ਪ੍ਰਿੰਸ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂ ਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।